ਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਵਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸ਼੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸਾਹਾ ਤੂੰ
सबना करह एक दात सब को तुझ ही विच है मेरे साहा तुझ ते बाहर कोई ना है सब जी तेरे तू सब सदा मेरे साहा सब तुझ ही माहे समाहे सब ना की तू आस है मेरे प्यारे सब तुझ है त्यावे है मेरे साह ज्यों पावे त्यों रख तू मेरे प्यारे सच नानक के पात साह सब ना की तू आस है मेरे प्यारे सब तुझ है त्यावे है मेरे साह ज्यों पावे त्यों रख तू मेरे प्यारे सच नानक के पात साह वाहे गुरु जी का खालसा वाहे गुरु जी की फतेह तन तन साहब श्री गुरु ग्रंथ साहब सच्चे पातशाह गरीब नवाज जी की पावन पवित्र हजूरी विच सज बैठी गुरुद्वारा श्री मंजी साहब जी दीवान हाल विखे बैठे हुए सतसंगी जनों जी फतेह दी सांझ बख्शिश करो सारे आखिए जी वाहिगुरु जी का खालसा वाहिगुरु जी की फतेह तन तन श्री गुरु रामदास साहब सच्चे पातशाह जी ने अज दा पावन मुख वाक जो सचखंड श्री हरिमंदर साहब जी तो सारी लोकाई नूं बख्शिश कीता है भाई साहब जी दी रसना तो आपा सरवण कीता है अज दा पावन मुख वाक तन तन श्री गुरु रामदास साहब सच्चे पातशाह जी दा राग तनासरी विच उचारण कीता होया तन श्री गुरु ग्रंथ साहब महाराज जी दे पावन पवित्र अंग 670 ते सोभायमान है तन श्री गुरु रामदास महाराज जी दियां असीसां लैण वास्ते ओट आसरा लैण वास्ते सारी संगत कृपा करो आखिए जी सतनाम श्री वाहिगुरु तन श्री गुरु महाराज जी ने जो पावन शब्द बख्शिश कीता है भाई साहब जी की रसना तो पवित्र पावन पंक्ति जिहड़ी इस शब्द विच गुरु जी ने पहली पंक्ति बख्शिश कीती है वो आपां सरवण करिए जी श्री वाहे गुरु साहिब जी तनासरी महला चौथा राग तनासरी है तन श्री गुरु रामदास साहब सच्चे पातशाह जी दा उचारण कीता होया ए पावन मुख वाक है जी मेरे साहा मैं हर दर्शन सुख होए
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਸ਼ਾਹ ਜੀ, ਹੇ ਮੇਰੇ ਪਾਤਸ਼ਾਹ ਜੀ, ਤੁਹਾਡੇ ਦਰਸ਼ਨਾਂ ਵਿੱਚੋਂ ਹੀ ਮੈਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸਾਧ ਸੰਗਤ, ਪਿਆਰ ਦਾ ਇੱਕ ਨਿਜ਼ਮ ਹੈ, ਕੁਦਰਤੀ ਨਿਜ਼ਮ ਹੈ। ਜਿਹਦੇ ਨਾਲ ਪਿਆਰ ਬਣ ਜਾਏ, ਉਹਨੂੰ ਜਦੋਂ ਬੰਦਾ ਬਾਰ ਬਾਰ ਯਾਦ ਕਰਦਾ, ਮੁੜ ਮੁੜ ਕੇ ਯਾਦ ਕਰਦਾ, ਇੰਨੀ ਸਾਂਝ ਬਣ ਜਾਂਦੀ ਹੈ, ਇੰਨਾ ਪਿਆਰ ਬਣ ਜਾਂਦਾ ਵੀ ਉਹਦੇ ਤੋਂ ਬਿਨਾਂ ਜੀਉਣਾ ਫਿਰ ਮੁਸ਼ਕਲ ਹੋ ਜਾਂਦਾ। ਪਿਆਰ ਦਾ ਇੱਕ ਨਿਜ਼ਮ ਹੈ। ਧੰਨ ਸ਼੍ਰੀ ਗੁਰੂ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਹੈ, ਜਿਹਦੇ ਨਾਲ ਪਿਆਰ ਬਣ ਜਾਏ। ਗੁਰਦੇਵ ਕਹਿੰਦੇ ਨੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾੜੇ। ਦਿਨ ਦੀ ਇੱਕ ਇੱਕ ਜਿਹੜੀ ਘੜੀ ਹੈ, ਮੈਨੂੰ ਕਈ ਦਿਨਾਂ ਵਰਗੀ ਜਾਪਦੀ ਹੈ। ਇਹ ਪਿਆਰ ਦੀ ਆਖਰੀ ਮੰਜ਼ਿਲ ਹੈ। ਜਦੋਂ ਆਪਣੇ ਪਿਆਰੇ ਤੋਂ ਬਿਨਾਂ ਰਹਿਣਾ ਔਖਾ ਹੋ ਜਾਏ, ਹਜ਼ੂਰ ਕਹਿੰਦੇ ਨੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾੜੇ, ਮਨ ਨਾ ਰਹੇ ਕੈਸੇ ਮਿਲੂ ਪਿਆਰੇ। ਆਪਣੇ ਪਿਆਰੇ ਤੋਂ ਬਿਨਾਂ ਮਨ ਨਹੀਂ ਟਿਕਦਾ, ਮਨ ਤੀਰਜ ਨਹੀਂ ਫੜਦਾ। ਫਿਰ ਹਜ਼ੂਰ ਕਹਿੰਦੇ ਨੇ, ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਵੇ। ਅੱਗੇ ਤੇ ਇੱਕ ਇੱਕ ਘੜੀ ਦਿਨਾਂ ਵਰਗੀ ਜਾਪਦੀ ਸੀ, ਹਜ਼ੂਰ ਕਹਿੰਦੇ ਨੇ ਹੁਣ ਇੱਕ ਪਲ ਵੀ ਲੰਘਣ ਵਿੱਚ ਨਹੀਂ ਆਉਂਦਾ। ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਪੈ, ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ। ਹਜ਼ੂਰ ਕਹਿੰਦੇ ਨੇ ਹੁਣ ਮੇਰੇ ਦਿਲ ਦੀ ਤਾਂਘ ਹੈ, ਕੋਈ ਰੱਬ ਦਾ ਪਿਆਰਾ ਐਸਾ ਮਿਲੇ ਜਿਹੜਾ ਮੈਨੂੰ ਉਸ ਪ੍ਰੀਤਮ ਦੇ ਨਾਲ ਮਿਲਾ ਦੇ। ਇਹ ਪਿਆਰ ਦੀ ਅਵਸਥਾ ਹੈ। ਜਦੋਂ ਪਿਆਰ ਆਪਣੀ ਆਖਰੀ ਮੰਜ਼ਿਲ ਤੇ ਪਹੁੰਚ ਜਾਏ, ਫਿਰ ਪਿਆਰੇ ਤੋਂ ਬਿਨਾਂ ਜੀਉਣਾ ਮੁਸ਼ਕਲ ਹੈ। ਇਹ ਉਹ ਅਵਸਥਾ ਹੈ ਜਿਸ ਅਵਸਥਾ ਤੇ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਆਖਾਂ ਜੀਵਾਂ ਵਿਸਰਿਆ ਮਰ ਜਾਓ। ਕਿਤੇ ਹਜ਼ੂਰ ਕਹਿੰਦੇ ਨੇ, ਸੱਚੇ ਪਾਤਸ਼ਾਹ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਇਹ ਉਹ ਅਵਸਥਾ ਹੈ ਜਿਸ ਅਵਸਥਾ ਤੇ ਜਾ ਕੇ ਹਜ਼ੂਰ ਕਹਿੰਦੇ ਨੇ, ਚਾਰ ਪਹਿਰ ਚੌਂ ਜੁਗੇ ਸਮਾਨੇ। ਪਹਿਲਾਂ ਇੱਕ ਘੜੀ ਨਹੀਂ ਸੀ ਲੰਘਦੀ, ਫਿਰ ਇੱਕ ਪਲ ਨਹੀਂ ਸੀ ਲੰਘਦਾ। ਹਜ਼ੂਰ ਕਹਿੰਦੇ ਨੇ, ਜਿਹੜੇ ਚਾਰ ਪਹਿਰ ਹਨ, ਇਹ ਮੈਨੂੰ ਚੌਂ ਜੁਗਾਂ ਵਰਗੇ ਪ੍ਰਤੀਤ ਹੁੰਦੇ ਹਨ। ਚਾਰ ਪਹਿਰ ਚੌਂ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਹਜ਼ੂਰ ਕਹਿੰਦੇ ਨੇ, ਜਦੋਂ ਰਾਤ ਪੈ ਜਾਏ, ਫਿਰ ਤੇ ਅੰਤ ਹੀ ਕੋਈ ਨੀ, ਕਿੰਨੇ ਕੁ ਜੁਗਾਂ ਦੇ ਬਰਾਬਰ ਉਹ ਰਾਤ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇਹ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗੋਤਾ, ਹੁਣ ਕਦ ਮਿਲੇ ਪ੍ਰੇ ਤੁਧ ਭਗਵੰਤਾ। ਮਹਾਰਾਜ, ਇੱਕ ਘੜੀ ਨਹੀਂ ਸੀ ਮਿਲਦੇ ਤੇ ਕਲਯੁਗ ਹੁੰਦਾ ਸੀ। ਹੇ ਮੇਰੇ ਗੁਰੂ ਜੀ, ਮੈਨੂੰ ਕਦੋਂ ਮਿਲਾਪ ਹੋਣਗੇ? ਹੇ ਮੇਰੇ ਪਾਤਸ਼ਾਹ, ਮੈਨੂੰ ਕਦੋਂ ਮਿਲਾਪ ਹੋਣਗੇ? ਸਾਧ ਸੰਗਤ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਅੱਜ ਦੇ ਪਾਵਨ ਸ਼ਬਦ ਵਿਚ ਇਹੀ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਨੇ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਪਾਤਸ਼ਾਹ, ਤੇਰੇ ਦਰਸ਼ਨਾਂ ਵਿਚੋਂ ਮੈਨੂੰ ਸੁਖ ਪ੍ਰਤੀਤ ਹੁੰਦਾ। ਸਾਧ ਸੰਗਤ, ਇੱਕ ਗੱਲ, ਸਾਰੇ ਪੁਰਾਤਨ ਸਰੋਤੇ ਬੈਠੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਅਤੇ ਪਰਮੇਸ਼ਰ ਵਿਚ ਕੋਈ ਅੰਤਰ ਨਹੀਂ ਹੈ। ਭੱਟ ਸਾਹਿਬਾਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿਚ। ਭੱਟ ਕਹਿੰਦੇ ਨੇ, ਜਾਂ ਕੋ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ। ਭੱਟ ਕਹਿੰਦੇ ਨੇ, ਜਦੋਂ ਅਸੀਂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਦਰਸ਼ਨ ਕਰ ਲੈਂਦੇ ਹਾਂ ਨਾ, ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰ ਲੈਂਦੇ ਹਾਂ ਤੇ ਦਰਸ਼ਨ ਕਰਦਿਆਂ ਸਾਰ ਹੀ, ਦਰਸ਼ਨ ਦੇਖਤ ਹੀ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ, ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਭੱਟ ਕਹਿੰਦੇ ਨੇ, ਇਹੋ ਜਿਹਾ ਗੁਰੂ
ਜਿਸ ਗੁਰੂ ਦੇ ਦਰਸ਼ਨ ਕੀਤਿਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਲਾਸੀ ਕਰ ਜਾਣ, ਛੱਡ ਜਾਣ, ਉਸ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਮੈਂ ਸਦਕੇ ਜਾਂਦਾ ਹਾਂ, ਉਸ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਮੈਂ ਬਲਹਾਰੇ ਜਾਂਦਾ ਹਾਂ। ਤੇ ਹਜ਼ੂਰ ਕਹਿੰਦੇ ਨੇ, ਹੇ ਮੇਰੇ ਪਾਤਸ਼ਾਹ, ਤੇਰੇ ਦਰਸ਼ਨਾਂ ਵਿੱਚੋਂ ਮੈਨੂੰ ਸੁੱਖ ਪ੍ਰਤੀਤ ਹੁੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਪਾਵਨ ਸ਼ਬਦ ਹੈ, ਹਜ਼ੂਰ ਕਹਿੰਦੇ ਨੇ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਜਦੋਂ ਮੈਂ ਤੇਰੀ ਕੋਈ ਖਬਰ ਸੁਣਦਾ ਹਾਂ, ਜਦੋਂ ਤੇਰੀ ਮੈਂ ਕੋਈ ਗੱਲ ਸੁਣਦਾ ਹਾਂ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਸਾਧ ਸੰਗਤ, ਮੇਰਾ ਖਿਆਲ ਹੈ ਮਹੀਨਾ ਕੁ ਹੋਇਆ ਹੋਏਗਾ ਚਮਕੌਰ ਸਾਹਿਬ ਜਾਣ ਦਾ ਮੌਕਾ ਮਿਲਿਆ। ਇੱਕ ਸਿੰਘ ਨੇ ਸਾਨੂੰ ਹੱਥ ਦਿੱਤਾ ਗੱਡੀ ਰੋਕਣ ਵਾਸਤੇ, ਉਹਨੇ ਆਨੰਦਪੁਰ ਸਾਹਿਬ ਆਉਣਾ ਸੀ, ਉਹ ਸਾਡੀ ਗੱਡੀ ਵਿੱਚ ਬੈਠ ਗਿਆ। ਇੱਕ ਸਿੰਘ ਉਹਦੇ ਨਾਲ ਹੋਰ ਸੀ। ਸਾਧ ਸੰਗਤ ਜਦੋਂ ਚਮਕੌਰ ਸਾਹਿਬ ਦਾ ਨਾਮ ਲਿਆ, ਉਹਦੀਆਂ ਅੱਖਾਂ ਵਿੱਚੋਂ ਬੇਮੁਹਾਰੇ ਅਥਰੂ ਵਗ ਪਏ। ਉਹ ਸਿੰਘ ਨੇ ਫਿਰ ਨਾਲ ਦੇ ਨੇ ਦੱਸਿਆ, ਗਿਆਨੀ ਜੀ, ਗੁਰੂ ਮਹਾਰਾਜ ਜੀ ਦੀ ਇੰਨੀ ਕਿਰਪਾ ਹੈ, ਮਨ ਇੰਨਾ ਵਿਰਾਗੀ ਰਹਿੰਦਾ ਹੈ, ਆਨੰਦਪੁਰ ਦਾ ਨਾਮ ਲੈਂਦਿਆਂ ਸਾਰੀ ਇਸ ਸਿੰਘ ਦੀ ਅੱਖਾਂ ਵਿੱਚੋਂ ਨੇਤਰ ਚੱਲ ਪੈਂਦੇ ਨੇ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਦੋਵੇਂ ਗੁਰੂ ਕੇ ਛੋਟੇ ਸਾਹਿਬਜ਼ਾਦੇ, ਉਹਨਾਂ ਦਾ ਨਾਮ ਲੈਂਦਿਆਂ ਸਾਰ ਇਹਨਾਂ ਦੇ ਆਪ ਮੁਹਾਰੇ ਅੱਖਾਂ ਵਿੱਚੋਂ ਨੀਰ ਵਹਿ ਤੁਰਦਾ ਹੈ। ਮੈਂ ਨੀਰ ਵਹਿ ਵਹਿ ਚੱਲਿਆ ਜੀਓ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਜਦੋਂ ਮੈਂ ਤੇਰਾ ਨਾਮ ਸੁਣਦਾ ਹਾਂ, ਜਦੋਂ ਮੈਂ ਤੇਰੀ ਗੱਲ ਸੁਣਦਾ ਹਾਂ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਨਾਮ ਜਪਦਿਆਂ ਹੋਇਆ ਮੇਰੇ ਚਿਹਰੇ ਤੇ ਲਾਲੀਆਂ ਖੇੜਦੀਆਂ ਹਨ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਜਦੋਂ ਮੈਂ ਤੇਰੇ ਰਸਤੇ ਤੇ ਤੁਰ ਪੈਂਦਾ ਹਾਂ। ਤੇ ਹਜ਼ੂਰ ਕਹਿੰਦੇ ਨੇ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੇ। ਗੁਰੂ ਰਾਮਦਾਸ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿਚ ਕਹਿੰਦੇ ਨੇ, ਪਾਤਸ਼ਾਹ ਮੈਨੂੰ ਤੇਰੇ ਦਰਸ਼ਨਾਂ ਚੋ ਸੁਖ ਮਿਲਦਾ ਹੈ। ਗੁਰੂਦੇਵ ਦਾ ਇਕ ਪਾਵਨ ਬਚਨ ਹੈ, ਹਜ਼ੂਰ ਕਹਿੰਦੇ ਨੇ, ਉਸ ਪਰਮੇਸ਼ਰ ਨੇ ਮੇਰੇ ਅੰਦਰ ਸੱਚਾ ਪਿਆਰ ਪੈਦਾ ਕਰ ਦਿੱਤਾ ਹੈ, ਸੱਚਾ ਨਿਹੋ ਪ੍ਰਾਪਤ ਕਰ ਦਿੱਤਾ ਹੈ। ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਜਾਂ ਗੁਰ ਦੇਖਾਂ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਹਜ਼ੂਰ ਕਹਿੰਦੇ ਨੇ, ਜਦੋਂ ਮੈਂ ਆਪਣੇ ਗੁਰੂ ਨੂੰ ਸਾਹਮਣੇ ਬੈਠਾ ਦੇਖਦਾ ਹਾਂ, ਮੇਰਾ ਤਨ ਅਤੇ ਮੇਰਾ ਮਨ ਨਿਹਾਲ ਹੋ ਜਾਂਦਾ ਹੈ। ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਮੈਨੂੰ ਤੇਰੇ ਦਰਸ਼ਨਾਂ ਚੋਂ ਸੁੱਖ ਮਿਲਦਾ ਹੈ। ਸਾਧ ਸੰਗਤ, ਬੜੇ ਧਿਆਨ ਦੇ ਨਾਲ ਸਰਵਣ ਕਰਨਾ, ਜੋ ਗੁਰਬਾਣੀ ਵਿਚ ਅੰਕਿਤ ਹੈ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋ ਗਏ। ਜੇ ਭੱਟ ਜੀ ਕਹਿੰਦੇ ਨੇ, ਜਾ ਕੇ ਦੇਖ ਤੋ ਦੁਬਾਰੇ, ਕਾਮ ਕ੍ਰੋਧ ਹੀ ਨਿਵਾਰੇ, ਕਾਮ ਕ੍ਰੋਧ ਖਲਾਸੀ ਕਰ ਜਾਂਦੇ ਨੇ, ਮਨ ਸ਼ਾਂਤ ਹੋ ਜਾਂਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਤੇਰੇ ਦਰਸ਼ਨਾਂ ਵਿਚੋਂ ਸੁਖ ਮਿਲਦਾ ਹੈ। ਗੁਰ ਪਰਮੇਸ਼ਰ ਏਕੋ ਜਾਣ। ਸਾਧ ਸੰਗਤ, ਇੱਕ ਹਿੰਦੂ ਸੰਤ ਹੋਇਆ ਹੈ, ਉਹ ਕਵੀ ਵੀ ਸੀ, ਉਹ ਸੱਚਖੰਡ ਹਰਿਮੰਦਰ ਸਾਹਿਬ ਆਇਆ, ਪੰਜ ਦਿਨ ਸ੍ਰੀ ਹਰਿਮੰਦਰ ਸਾਹਿਬ ਰਿਹਾ, ਕੀਰਤਨ ਸੁਣਦਾ ਰਿਹਾ, ਸੇਵਾ ਕਰਦਾ ਰਿਹਾ, ਔਰ ਬਹੁਤ ਸਮਾਂ 24 ਘੰਟਿਆਂ ਵਿਚੋਂ ਹਰਿਮੰਦਰ ਸਾਹਿਬ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਕੀਰਤਨ ਸੁਣਦਾ, ਇੱਕ ਪ੍ਰਸ਼ਾਦਾ ਛਕਦਾ ਸੀ ਸਾਰੇ ਦਿਨ ਵਿਚ। ਇਤਿਹਾਸ ਵਿਚ ਲਿਖਿਆ ਵੀ ਜਿੱਦਣ ਪੰਜਵੇਂ ਦਿਨ ਸੰਤ ਹਰੀਦਾਸ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਜਾਣ ਲੱਗਾ, ਘੰਟਾ ਘਰ ਵਾਲੇ ਪਾਸੇ ਪਰਕਰਮਾ ਚ ਮੱਥਾ ਟੇਕਿਆ, ਉਹਨੂੰ ਕੁਝ ਸਿੰਘਾਂ ਨੇ ਪੁੱਛਿਆ, ਜਿਹੜੇ ਪ੍ਰਬੰਧਕ ਸਨ ਉਹਨਾਂ ਪੁੱਛਿਆ ਵੀ ਸੰਤ ਹਰੀਦਾਸ ਦੀ ਹਿੰਦੂ ਧਰਮ ਚ ਬੜਾ ਇਹਨਾਂ ਦਾ ਮਾਣ ਸੀ। ਸਿੰਘਾਂ ਨੇ ਪੁੱਛਿਆ ਵੀ ਸੰਤ ਹਰੀਦਾਸ ਜੀ, ਤੁਸੀਂ ਹਰਿਮੰਦਰ ਸਾਹਿਬ ਆਏ ਹੋ, ਪੰਜ ਦਿਨ ਤੁਸੀਂ ਇੱਥੇ ਕੀਰਤਨ ਸੁਣਿਆ, ਆਨੰਦ ਮਾਣਿਆ, ਤੁਸੀਂ ਕੀ ਮਹਿਸੂਸ ਕੀਤਾ ਹੈ? ਸੰਤ ਹਰੀਦਾਸ ਕਹਿੰਦੇ ਨੇ, ਅੱਜ ਤੱਕ ਉਹ ਇਤਿਹਾਸ ਵਿਚ ਲਿਖਿਆ ਹੋਇਆ, ਸੰਤ ਹਰੀਦਾਸ ਕਹਿੰਦੇ ਨੇ, ਮੈਂ ਤੇ ਇਹ ਮਹਿਸੂਸ ਕੀਤਾ ਹੈ
ਵੀ ਉਹ ਜਿਹੜਾ ਪਰਮੇਸ਼ਰ ਹੈ ਉਹਨੇ ਤੱਕੜੀ ਫੜੀ, ਤੱਕੜੀ ਦੇ ਇੱਕ ਸ਼ਾਬੇ ਵਿੱਚ ਹਰਿਮੰਦਰ ਪਾ ਲਿਆ, ਦੂਸਰੇ ਤੱਕੜੀ ਦੇ ਸ਼ਾਬੇ ਵਿੱਚ ਸਵਰਗ ਪਾ ਲਿਆ। ਹਰਿਮੰਦਰ ਔਰ ਬੇਕੁੰਠ ਕੋ ਤੋਲ ਲਿਓ ਹਰੀ ਹਰਦਾਸ। ਜਦੋਂ ਰੱਬ ਨੇ ਤੱਕੜੀ ਫੜ ਕੇ ਦੋਵੇਂ ਸ਼ਾਬੇ ਤੋਲੇ, ਇੱਕ ਤੱਕੜੀ ਚ ਹਰਿਮੰਦਰ ਸਾਹਿਬ, ਦੂਜੀ ਤੱਕੜੀ ਵਿੱਚ ਸਵਰਗ ਪਾਇਆ ਹੋਇਆ। ਹਰਿਮੰਦਰ ਔਰ ਬੇਕੁੰਠ ਕੋ ਤੋਲ ਲਿਓ ਹਰਿ ਹਰਦਾਸ, ਭਾਰੋ ਹੋ ਤੋ ਸੋ ਗਿਰ ਪਰਿਓ, ਹੋਰੋ ਚੜਿਓ ਆਕਾਸ਼। ਸੰਤ ਹਰੀਦਾਸ ਕਹਿੰਦੇ ਨੇ ਜਿਹੜਾ ਪਾਸਾ ਭਾਰਾ ਸੀ ਉਹ ਹੇਠਾਂ ਰਹਿ ਗਿਆ, ਜਿਹੜਾ ਸ਼ਾਬਾ ਹੌਲਾ ਸੀ ਉੱਪਰ ਚਲਾ ਗਿਆ। ਸੰਤ ਹਰੀਦਾਸ ਕਹਿੰਦੇ ਨੇ ਮੈਂ ਦਾਅਵੇ ਤੇ ਵਾਅਦੇ ਨਾਲ ਕਹਿੰਦਾ, ਜਿਹਨੂੰ ਲੋਕ ਸਵਰਗ ਕਹਿੰਦੇ ਨੇ, ਜਿਹਨੂੰ ਲੋਕ ਬਹਿਸਤ ਕਹਿੰਦੇ ਨੇ, ਇਸ਼ਾਰਾ ਕਰਕੇ ਕਹਿਣ ਲੱਗਾ ਸੱਚ ਖੰਡ ਹਰਿਮੰਦਰ ਸਾਹਿਬ ਦੇ ਮੁਕਾਬਲੇ ਤੇ ਸਵਰਗ ਕੀ ਹੋਇਆ ਤੇ ਬੇਹਿਸਤ ਕੀ ਹੋਇਆ। ਸਾਧ ਸੰਗਤ, ਇੱਥੇ ਇੱਕ ਸਰਹੱਦੀ ਅਬਦੁਲ ਗੁਫਾਰ ਖਾਂ, ਇੱਥੇ ਸੰਸਾਰ ਦਾ ਮਹਾਨ ਵਿਅਕਤੀ, 1969 ਵਿੱਚ ਆਇਆ। ਉਹਨੇ ਜਦੋਂ ਹਰਿਮੰਦਰ ਸਾਹਿਬ ਆਣ ਕੇ ਦਰਸ਼ਨ ਕੀਤੇ, ਉਹ ਫਿਰ ਲਿਖ ਕੇ ਗਿਆ। ਉਹ ਕਹਿੰਦਾ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਈ ਵਾਰੀ ਆਪਣੇ ਅੱਲਾ ਅੱਗੇ ਦੁਆ ਕੀਤੀ ਸੀ। ਕਹਿੰਦਾ ਅੱਜ ਮੈਂ ਪਹਿਲੀ ਵਾਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਨੇ। ਕਹਿੰਦਾ ਮੈਂ ਦਰਸ਼ਨ ਕਰਕੇ ਇਹ ਨਤੀਜਾ ਕੱਢਿਆ ਹੈ, ਜਿਹੜਾ ਵੀ ਦੁਨੀਆਂ ਦਾ ਬੰਦਾ ਇੱਕ ਵਾਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਏ, ਉਹਦਾ ਦੁਨੀਆਂ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਜਾਂਦਾ, ਉਹਦਾ ਦੁਨੀਆਂ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਂਦਾ। ਸਾਈ ਬੁੱਲੇ ਸ਼ਾਹ ਫਕੀਰ 18ਵੀਂ ਸਦੀ ਵਿੱਚ ਆਏ ਨੇ, ਉਹ ਕਸੂਰ ਦੇ ਰਹਿਣ ਵਾਲੇ ਸਨ। ਜਦੋਂ ਸਾਈ ਬੁੱਲੇ ਸ਼ਾਹ ਫਕੀਰ ਹਰਿਮੰਦਰ ਸਾਹਿਬ ਆਏ, ਪਰਕਰਮਾ ਉਤਰੇ, ਇੱਕ ਪਾਸੇ ਇਮਾਰਤਾਂ ਬਣ ਰਹੀਆਂ ਸਨ, ਇੱਕ ਪਾਸੇ ਹਰਿਮੰਦਰ ਸਾਹਿਬ ਕੀਰਤਨ ਹੋ ਰਿਹਾ ਸੀ, ਇਸ ਪਾਸੇ ਲੰਗਰ ਪੱਕ ਰਹੇ ਸਨ। ਬੁੱਲੇ ਸ਼ਾਹ ਫਕੀਰ ਨੇ ਜਦੋਂ ਸਾਰੇ ਦਰਸ਼ਨ ਕੀਤੇ, ਉਹਨੇ ਫਿਰ ਜਾਣ ਲੱਗਿਆ ਇੱਕ ਕਲਾਮ ਲਿਖੀ, ਇੱਕ ਗੱਲ ਲਿਖੀ, ਅੱਜ ਵੀ ਮੁਸਲਮਾਨ ਬੜੇ ਵਜਦ ਵਿੱਚ ਆਣ ਕੇ ਗਾਉਂਦੇ ਨੇ। ਸਾਈ ਬੁੱਲੇ ਸ਼ਾਹ ਫਕੀਰ ਕਹਿੰਦਾ ਇੱਟ ਖੜਕਾ ਦੁੱਕੜ ਵੱਜੇ, ਦੁੱਕੜ ਕਹਿੰਦੇ ਨੇ ਤਬਲੇ ਨੂੰ। ਸਾਈ ਬੁੱਲੇ ਸ਼ਾਹ ਫਕੀਰ ਕਹਿੰਦਾ ਮੈਂ ਹਰਿਮੰਦਰ ਸਾਹਿਬ ਗਿਆ, ਇੱਟ ਖੜਕਾ, ਉਧਰ ਸਰਾਵਾਂ ਦੀ ਉਸਾਰੀ ਹੋ ਰਹੀ ਹੈ, ਇੱਟ ਖੜਕਾ ਦੁੱਕੜ ਵੱਜੇ, ਨਾਲੇ ਤਪੇ ਚੁੱਲਾ, ਇੰਨੀ ਗੱਲੀ ਮੇਰਾ ਅੱਲਾ ਰਾਜੀ, ਨਾਲੇ ਰਾਜੀ ਬੁੱਲਾ। ਸਾਧ ਸੰਗਤ, ਜਿਹੜਾ ਵੀ ਇਸ ਪਾਵਨ ਸਥਾਨ ਦੇ ਦਰਸ਼ਨ ਕਰਦਾ ਉਹਨੂੰ ਸੁੱਖ ਪ੍ਰਤੀਤ ਹੁੰਦਾ। ਅੱਜ ਖੁਸ਼ੀ ਦੀ ਗੱਲ ਹੈ ਵੀ ਸੰਸਾਰ ਦੇ ਲੋਕਾਂ ਨੂੰ ਸਮਝ ਆ ਰਹੀ ਹੈ, ਇਹ ਸਾਡੇ ਵਾਸਤੇ ਫਖਰ ਦੀ ਗੱਲ ਹੈ ਵੀ ਸ਼ਾਂਤੀ ਦਾ ਕੇਂਦਰ ਸੱਚਖੰਡ ਹਰਿਮੰਦਰ ਸਾਹਿਬ, ਜਿੱਥੇ ਲੋਕ ਆਣ ਕੇ ਸ਼ਾਂਤੀ ਪ੍ਰਾਪਤ ਕਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਪਾਤਸ਼ਾਹ, ਤੇਰੇ ਦਰਸ਼ਨਾਂ ਵਿੱਚੋਂ ਮੈਨੂੰ ਸੁੱਖ ਪ੍ਰਾਪਤ ਹੁੰਦਾ ਹੈ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ, ਜੋ ਹੁਣ ਮੇਰੇ ਅੰਦਰ ਦੀ ਵੇਦਨਾ ਹੈ, ਜੋ ਮੇਰੇ ਅੰਦਰ ਦੀ ਪੀੜਾ ਹੈ, ਉਸ ਪੀੜਾ ਨੂੰ ਹੋਰ ਕੋਈ ਨਹੀਂ ਜਾਣਦਾ, ਉਸ ਪੀੜਾ ਨੂੰ ਕੇਵਲ ਤੁਸੀਂ ਜਾਣਦੇ ਹੋ। ਸਾਧ ਸੰਗਤ, ਗੁਰੂ ਰਾਮਦਾਸ ਜੀ ਦਾ ਇੱਕ ਪਾਵਨ ਸ਼ਬਦ ਹੈ ਭਈ ਇਹ ਜਿਹੜਾ ਪ੍ਰੇਮ ਲੱਗਦਾ ਹੈ, ਮੇਰੇ ਮਨ ਪ੍ਰੇਮ ਲਗੋ ਹਰ ਤੀਰ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਮਨ ਵਿੱਚ ਮੇਰੇ ਗੁਰੂ ਨੇ ਆਪਣੇ ਪ੍ਰੇਮ ਦਾ ਤੀਰ ਮਾਰ ਦਿੱਤਾ ਹੈ। ਯਾਦ ਰੱਖੋ ਸਾਧ ਸੰਗਤ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਪੂਰਾ ਗੁਰੂ ਹੈ ਉਹ ਜ਼ਿਆਦਾ ਤੀਰ ਨਹੀਂ ਮਾਰਦਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਸ਼ੇਕ। ਪੂਰਾ ਗੁਰੂ ਇੱਕੋ ਹੀ ਸ਼ਬਦ ਕਹਿ ਕੇ ਪ੍ਰੇਮ ਦਾ ਤੀਰ ਮਾਰ ਕੇ ਆਪਣੇ ਸ਼ਿਕਾਰ ਨੂੰ ਪੈਰਾਂ ਵਿੱਚ ਸੁੱਟ ਲੈਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਲਾਲੋ ਦੇ ਵਿਹੜੇ ਵਿੱਚ ਖਲੋ ਕੇ ਕੋਈ ਜ਼ਿਆਦਾ ਉਪਦੇਸ਼ ਨਹੀਂ ਕੀਤਾ, ਕੋਈ ਲੰਬਾ ਚੌੜਾ ਮਹਾਰਾਜ ਨੇ ਵਖਿਆ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਬੜੇ ਪਿਆਰ ਨਾਲ ਆਖਣ ਲੱਗੇ, ਮੋਢੇ ਤੇ ਹੱਥ ਧਰ ਕੇ, ਭਾਈ ਲਾਲੋ ਮੈਂ ਕੁੰਡਾ ਖੜਕਾਇਆ, ਤੂੰ ਕੋਈ ਜਵਾਬ ਨਾ ਦਿੱਤਾ। ਭਾਈ ਲਾਲੋ ਮੈਂ ਆਵਾਜ਼ਾਂ ਮਾਰੀਆਂ, ਕੋਈ ਜਵਾਬ ਨਹੀਂ ਦਿੱਤਾ। ਭਾਈ ਲਾਲੋ ਤੂੰ ਕੀ ਪਿਆ ਕਰਦਾ ਸਾਂ? ਭਾਈ ਲਾਲੋ ਕਹਿਣ ਲੱਗਾ ਮਹਾਰਾਜ ਮੈਂ ਕਿੱਲੇ ਪਿਆ ਕੱਢਦਾ ਸਾਂ। ਉਹ ਤਰਖਾਣ ਸੀ। ਬਾਬਾ ਨਾਨਕ ਜੀ ਮੋਢੇ ਤੇ ਹੱਥ ਧਰ ਕੇ
ਨੇਤਰਾਂ ਨਾਲ ਨੇਤਰ ਮਿਲਾ ਕੇ ਬੜੇ ਪਿਆਰ ਨਾਲ ਆਖਣ ਲੱਗੇ, ਭਾਈ ਲਾਲੋ ਸਾਰੀ ਉਮਰ ਕਿੱਲੇ ਕੱਢਦਾ ਰਹੇ। ਭਾਈ ਲਾਲੋ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਕਿੱਲੇ ਕੱਢਦਾ ਹਾਂ, ਰੋਜੀ ਕਮਾਉਂਦਾ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਆਖ ਰਾਜਕ ਕੌਣ ਹੋਇਆ? ਭਾਈ ਲਾਲੋ ਜੇ ਤੂੰ ਆਪਣੇ ਬੱਚੇ ਆਪ ਪਾਲਦਾ ਏ, ਪ੍ਰਿਤ ਪਾਲਕ ਕੌਣ ਹੋਇਆ? ਭਾਈ ਲਾਲੋ ਰਾਜਕ ਕੋਈ ਹੋਰ ਹੈ, ਭਾਈ ਲਾਲੋ ਪ੍ਰਿਤ ਪਾਲਕ ਕੋਈ ਹੋਰ ਹੈ। ਕਿੱਲੇ ਵੀ ਕੜਿਆ ਕਰ, ਪਰ ਮੈਂ ਤੈਨੂੰ ਕਹਿੰਦਾ ਸਾਰੀ ਉਮਰ ਕਿੱਲੇ ਹੀ ਕੱਢਦਾ ਰਹੇ। ਭਾਈ ਲਾਲੋ ਹੱਥ ਜੋੜ ਕੇ ਕਹਿਣ ਲੱਗਾ, ਮਾਂ ਇਹ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਨ੍ਹੇ ਸਾਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਬਣਾਇਆ, ਉਹ ਸਾਨੂੰ ਚਿੱਤ ਚੇਤੇ ਵੀ ਕਿਤੇ ਨਹੀਂ ਆਇਆ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੇਰੇ ਮਨ ਵਿਚ ਪ੍ਰੇਮ ਦਾ ਤੀਰ ਲੱਗ ਗਿਆ, ਮੇਰੇ ਮਨ ਪ੍ਰੇਮ ਲਗੋ ਹਰ ਤੀਰ। ਸਾਧ ਸੰਗਤ ਤੋਂ ਤੀਰ ਕਾਹਦਾ ਹੈ? ਉਹ ਸ਼ਬਦ ਦਾ ਤੀਰ ਹੈ, ਉਹ ਸ਼ਬਦ ਦੇ ਪ੍ਰੇਮ ਦਾ ਤੀਰ ਹੈ। ਜਿਹਨੂੰ ਇੱਕ ਵਾਰੀ ਉਹ ਸ਼ਬਦ ਦਾ ਪ੍ਰੇਮ ਦਾ ਤੀਰ ਵੱਜ ਗਿਆ, ਉਹਦਾ ਹਿਰਦਾ ਵਿੰਨਿਆ ਜਾਂਦਾ ਹੈ। ਸਾਧ ਸੰਗਤ ਗੁਰੂਦੇਵ ਕਹਿੰਦੇ ਨੇ, ਹਮਰੀ ਬੇਦਨ ਹਰ ਪ੍ਰਭ ਜਾਣਤਾ ਮੇਰੇ ਸਾਹ, ਜਾਂ ਹਜ਼ੂਰ ਕਹਿੰਦੇ ਨੇ ਹਮਰੀ ਬੇਦਨ ਹਰ ਪ੍ਰਭ ਜਾਣੈ, ਕੌਣ ਜਾਣੈ ਪੀਰ ਪਰਾਈ। ਹੁਣ ਮੇਰੇ ਅੰਦਰ ਦੀ ਪੀੜਾ ਉਹ ਮਾਲਕ ਹੀ ਜਾਣਦਾ, ਕੌਣ ਮੇਰੇ ਅੰਦਰ ਦੀ ਪੀੜਾ ਨੂੰ ਜਾਣਦਾ ਹੈ? ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ। ਹਾਂਜੀ, ਅਵਰ ਕਿਆ ਜਾਣੈ ਕੋਈ। ਮਹਾਰਾਜ ਕਹਿੰਦੇ ਨੇ, ਜਿਹੜੀ ਹੁਣ ਪੀੜਾ ਮੇਰੇ ਅੰਦਰ ਪੈਦਾ ਹੋਈ ਹੈ ਉਹਦੇ ਦਰਸ਼ਨਾਂ ਨਾਲ, ਇਸ ਪੀੜਾ ਨੂੰ ਹੋਰ ਕੋਈ ਵੀ ਨਹੀਂ ਜਾਣਦਾ ਉਹਦੇ ਤੋਂ ਬਿਨਾ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਮਾਲਕ, ਤੂੰ ਸਾਰਿਆਂ ਦਾ ਮਾਲਕ ਹੈ ਮਹਾਰਾਜ, ਤੂੰ ਸਦਾ ਰਹਿਣ ਵਾਲਾ ਹੈ ਮਹਾਰਾਜ, ਤੇਰੀ ਸਦਾ ਵਾਸਤੇ ਹੋਂਦ ਇੱਥੇ ਸਤਾਫਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ, ਹਜ਼ੂਰ ਕਹਿੰਦੇ ਨੇ ਸੱਚ ਸਭਾ, ਉਹਦੀ ਸਭਾ ਸਦਾ ਰਹਿਣ ਵਾਲੀ ਹੈ। ਸੱਚ ਸਭਾ ਦੀਵਾਨ ਸੱਚ, ਦੁਨੀਆਂ ਦੀਆਂ ਅਦਾਲਤਾਂ ਕਈ ਵਾਰੀ ਆਈਆਂ ਕਈ ਵਾਰੀ ਗਈਆਂ, ਕਦੇ ਇੱਥੇ ਕਿਸੇ ਦੀ ਅਦਾਲਤ ਹਿੰਦੁਸਤਾਨ ਚ ਲੱਗਦੀ ਸੀ, ਕਦੇ ਹਿੰਦੁਸਤਾਨ ਦੀ ਦਿੱਲੀ ਦੀ ਸਰਕਾਰ ਵਿੱਚ ਕਿਸੇ ਦੀ ਅਦਾਲਤ ਲੱਗਦੀ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੱਚ ਸਭਾ ਦੀਵਾਨ ਸੱਚ, ਉਹਦੀ ਸਭਾ ਸੱਚ ਹੈ, ਉਹਦਾ ਦਰਬਾਰ ਸਦਾ ਰਹਿਣ ਵਾਲਾ ਹੈ। ਸੱਚਾ ਪੈ ਧਰਿਓ, ਪਰਮੇਸ਼ਰ ਨੇ ਗੁਰੂ ਵਿੱਚ ਆਪਣਾ ਆਪ ਧਰ ਦਿੱਤਾ ਹੈ। ਸੱਚਾ ਸੱਚ ਦੀਵਾਨ ਸੱਚਾ ਪੈ ਧਰਿਓ, ਸੱਚਾ ਤਖ਼ਤ ਨਿਵਾਸ ਸੱਚ ਤਪਾਪਸ ਕਰਿਓ, ਉਹਦਾ ਦਰਬਾਰ ਸਦਾ ਰਹਿਣ ਵਾਲਾ ਹੈ, ਉਹਦਾ ਨਿਆਮ ਹੀ ਸੱਚਾ ਹੈ, ਜੋ ਕੁਛ ਕਰੇ ਸੋ ਧਰਮ ਨਿਆਏ ਰਾਮ। ਹਜ਼ੂਰ ਕਹਿੰਦੇ ਨੇ, ਮੇਰੇ ਮਾਲਕ ਤੂੰ ਸਦਾ ਰਹਿਣ ਵਾਲਾ ਏ। ਤੇਰਾ ਕੀਆ ਸੱਚ ਸਭ ਹੋਏ। ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਜੋ ਕੁਝ ਦੁਨੀਆਂ ਚ ਹੋ ਰਿਹਾ ਹੈ ਉਹ ਤੇਰਾ ਕੀਤਾ ਹੋ ਰਿਹਾ ਹੈ। ਝੂਠਾ ਕਿਸ ਕੋ ਆਖੀਐ ਸਾਹਾ। ਸਾਧ ਸੰਗਤ ਖਿਮਾ ਕਰਨੀ, ਅਸੀਂ ਕਈ ਵਾਰੀ ਇੱਕ ਦੂਜੇ ਦੇ ਖਿਲਾਫ ਬਹੁਤ ਬੋਲਦੇ ਹਾਂ, ਔਰ ਮੇਰਾ ਖਿਆਲ ਹੈ ਸਾਡੀ ਸ਼ਕਤੀ ਇਸੇ ਤੇ ਸਾਰੀ ਵਿਅਰਥ ਜਾ ਰਹੀ ਹੈ। ਭਾਵੇਂ ਆਪੋ ਚ ਧਰਮਾਂ ਦਾ ਹੋਵੇ, ਭਾਵੇਂ ਆਪੋ ਚ ਸੰਸਥਾਵਾਂ ਦਾ ਹੋਵੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੀ ਗੱਲ ਪਾਵਨ ਸ਼ਬਦ ਚ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਝੂਠਾ ਕਿਸ ਕੋ ਆਖੀਐ ਸਾਹਾ। ਮਹਾਰਾਜ ਕਹਿੰਦੇ ਨੇ, ਮੇਰੇ ਪਾਤਸ਼ਾਹ ਕਿਹਨੂੰ ਝੂਠਾ ਕਿਹਾ ਜਾਏ, ਸਾਰੇ ਤੇ ਤੇਰੇ ਕੀਤੇ ਪੈਦਾ ਕੀਤੇ ਹੋਏ ਹਨ। ਹਜ਼ੂਰ ਤੇ ਇੱਥੋਂ ਤੱਕ ਕਹਿੰਦੇ ਨੇ, ਨਾ ਕੋ
मूर्ख ना को सियाना वरतै सब किश तेरा पाना। भाई हे मेरे मालिक तेरी ही मर्जी वरत रही है, कोई इथे सियाना है कोई इथे मूर्ख है, सारा तेरा ही पाना तेरी मर्जी चल रही है। किसे नू झूठा नहीं कहना चाहिदा। हजूर गुरु ग्रंथ साहिब जी महाराज ते कहंदे ने वेद कतेव कहो मत झूठे, झूठा जो ना बिचारे। हजूर कहंदे ने वेदा कतेबां दा कसूर की है, भई कसूर ते उस बंदे दा जेड़ा बंदा एदी विचार नहीं करदा, जेड़ा बंदा एदी कोख नहीं करदा, एदा तत नहीं पढ़दा, सलीहत नहीं पढ़दा। हजूर सच्चे पातशाह महाराज कहंदे ने महाराज किन्नू झूठा आख्या जाए। दूजा नाहीं कोए, किन्नू झूठा आखिए, सारे तेरे ही रूप हन, कोई तेरे तो बिना होर नहीं है। सबना विच तू वरतदा साह, महाराज कहंदे हे मेरे मालिक तू सारिआं विच ही वरतदा है, जो जो दिसै तेरा रूप। भगत नामदेव जी ते इथों तक कहंदे ने सबै घट राम बोलै, रामा बोलै राम बिना को बोलै रे, एकल माटी कुंजर चीटी भाजन है बो नाना रे। भगत नामदेव जी कहंदे ने कौन ओहदे तो बिना बोलदा है, भाई सारिआं विच मेरा रब बोलदा है, सारिआं च मेरा परमेश्वर बोलदा है। अस्थावर जंगम कीट पतंगम घट घट राम समाना रे, एकल चिंता राख अनंता और तजो सब आसा रे। महाराज कहंदे ने ओहदी आस रखो, बाकी सारिआं आसां छड दिओ। हजूर कहंदे ने हे मेरे मालिक सारिआं विच तू आप ही वरतदा ए। सब तुझै ते आवह दिन रात, कई बारी असी नितनेम करदे आं ते कई बारी सोचदे आं औ नहीं करदा औ नहीं करदा औ नहीं करदा, मैं ही नितनेम करदा साध संगत। धन गुरु रामदास महाराज कहंदे ने भाई इस तरह नहीं करना चाहिदा। हजूर कहंदे ने मेरे मालिक तेनू सारे ही त्या रहे हन और दिन रात तेनू त्या रहे हन। साध संगत सोदर दी बाणी आप जी नू याद है, कंठ है, उह सारी पढ़ के दुबारा वेख लैनी, रोज पढ़ दिओ। हजूर ते कहंदे ने उहनू दरिया भी गा रहे हन, उहनू पाणी भी गा रहा है, उहनू हवा भी गा रही है। गावन तुदनु पवन पाणी बसंतर गावै राजा धर्म द्वारे, उहनू धर्म राज भी गा रहा है। गुरु नानक साहब जी ते कहंदे ने गावे तुदनु जोध महांबल सूरा गावन तुदनु खाणी चारे। ते आखरी पंक्ति विच धन गुरु नानक साहब जी कहंदे ने होर केते तुदनु गावन से मैं चित नयावन। गुरु नानक साहब कहंदे ने हे मेरे करतार जिन्ने क मैं तुहानू दसे हन इन्हां तो होर बिना किन्ने क तेनू गा रहे ने कोई अंत नहीं। महाराज मेनू चेते विच नहीं आ रहे भी कौन कौन तेनू गा रहे हन। सब तुझ ही थाव मंग दे मेरे साहा, बड़े ध्यान नाल पंक्ति सुनी। गुरु रामदास जी कहंदे ने मेरे मालिक जी जिन्नी भी खलकत है जिन्ने भी जीप हन ये सारे तेथों मंगदे हन, तेरे कोलो मंगदे ने। हजूर दा पावन बचन है सब तुदे पासों मंगदे नित कर अरदास। हजूर कहंदे ने सब को आसै तेरी बैठा घट घट अंतर तू है बूठा। हे मेरे मालिक सारे जीव तेरा ही आसरा लाई बैठे हन, तेरी आस ला के बैठे हन। साध संगत एक पंक्ति पढ़ के समाप्ति करिए। लड़ीवार शब्द की कथा गुरु जी की कृपा ना होनी है। गुरु नान गुरु अर्जन साहब का पावन बचन है। महाराज कहंदे ने ओए दुनिया दे लोको टहल करो तो एक की जान ते बिरथा ना कोए। ओ जे चाकरी करनी है जे टहल सेवा करनी है, महाराज कहंदे ने ओदी करो जिदे दर तो कदे कोई बिरथा नहीं जांदा। टहल करो तो एक की जान ते बिरथा ना कोए। इस पावन पंक्ति विच गुरु रामदास जी कहंदे ने मेरे प्रभु सारे तेरे कोल मंग रहे ने। हजूर कहंदे ने टहल करो तो एक की जान ते बिरथा ना कोए। मैं अद्धे मिंट तो घट ला के आप नूं बेनती करनी चाहुंना, को तीन क सालां दी गल होएगी। दास पौने क तीन बजे सन सरां विचों उठ के
माता गंगा जी निवास विच उठ के दास ने कहते दूर जाना सी बस ते गुरु अर्जन देव महाराज दे निवास तो बाहर गए उथे एक अमृतधारी मुंडा 25 साल का 26 साल का अमृत उन्हें छकिया होया कृपाण उपर दी पाई हुई और रिक्शा लैके खलोता से मैं उन्हों आख्या जवाना बस अड्डे जाना कहिंदा ज्ञानी जी बैठो साध संगत उन्हें पहला पैडल मारिया कहिंदा धन गुरु रामदास जी जल्लियां वाले बाग तक गुरु रामदास जी करता गया नाम जपता गया जब जल्लियां वाले बाग तो उन्हें मोड़ कट लिया पिछे मुंह करके कहन लगा ज्ञानी जी मेरा पिंड उत्थों 2-2.5 किलोमीटर की दूरी ते है ज्ञानी जी जदों मैं 2 बजे घरों तुर लगा तो मेरी माता कहन लगी पुत्र टैम की होया है मैं आख्या माता जी 2 बज गए हैं कहिंदा ज्ञानी जी मेरी माता कहन लगी पुत्र 2 बजे हैं इस वेले तेनू केड़ी सवारी मिलनी है अजे होर 2 घंटे ठहर जा वो मुंडा कहिंदा ज्ञानी जी मैं अपनी मां नू आख्या मां रब दे रंगां दा कोई पता नहीं हुंदा कहिंदा ज्ञानी जी मैं जे आण के ही खलोता उधरों गुरु रामदास जी ने तुहानू कलाता इन्नी गल कहिंदा कहिंदा साध संगत बस अड्डे तक धन गुरु रामदास करदा गया मेरी रूह कंब गई मेरी आत्मा कंब गई हे गुरु रामदास सच्चे पातशाह असी लखां करोड़ां लैके भी कदे तेरा शुकराना नहीं कीता इन्हू 20 रुपये मिलने ने महाराज एडा तेरे शुकराने ना भरिया होया है महाराज एडा तेरा शुकराना कर रहा है गुरदेव कहिंदे ने सच्चे पातशाह महाराज सारे जीव तेरी आस ला के बैठे ने सारे जीव तेरे कोल मंगदे ने तू सबना कर है एक दात हे मेरे मालिक तू सारिया नू दात दिना है दाता दिना है सब को तुझ ही विच है मेरे साहा हे मेरे प्रभु सारे तेरे हुक्म विच ही चलदे हन तुझ ते बाहर कोई ना है हजूर कहंदे ने मेरे मालिक कोई तेरे तो आकी नहीं हो सकता कोई तेरे तो बागी नहीं हो सकता सारे तेरे हुक्म विच विचरदे ने सब जीव तेरे तू सब सदा मेरे साहा धन गुरु रामदास महाराज कहंदे ने हे मेरे पातशाह सारे जीव तेरे हन ते तू जीवां दा है साध संगत गुरु नानक साहब जी का एक पावन शब्द है हजूर कहंदे ने तेरे जी जियां का तोए ये साडे वास्ते कहंदे ने गुरु नानक साहब महाराज सारे जी तेरे हन तू जियां दा है तेरे जी जियां का तोए कित को साहेब आवे रोह गुरु नानक साहब कहंदे ने मेरे मालिक किहदे ते गुस्सा करेगा जे तू साहेब आवे रोह ते जे तू इन्हां जीवां ते गुस्सा ही करना ते हजूर कहंदे ने तू उन्हां का तेरे ओ तू उन्हां दा ते तेरे ओ मैं ते केवल अरदास ही कर सकना भई इन्हां नू बख्श लैणा चाहीदा महाराज सारे जीव तेरे ही हन सब तुझ ही माहे समाहे महाराज कहंदे ने ओ सारे जीव महाराज तेरे विच लीन हो जांदे हन सबना की तू आस है मेरे प्यारे हे मेरे पातशाह तू सारिआं दी आस है सारिआं दा आसरा सारे तेरी आस ही तकदे हन सब तुझ है त्यागै है मेरे महाराज सारे तेनू त्यौंदे हन तेरा नाम सिमरन करदे हन ज्यों भावै त्यों रख तू मेरे प्यारे महाराज आखरी पंक्ति विच कहंदे ने हे मेरे प्रभु जिस तरह भी हुंदा तू सानू रख लै महाराज कहंदे ने जिवें हुंदा सानू रख लै ज्यों भावै तू रख लै हम शरण प्रभाए राम राजे जिस तरह भी हुंदा सानू तू रख लै सच नानक के पात साह हजूर कहंदे ने हे नानक दे सदा रहण वाले पातशाह कृपा कर रहमत कर जिस तरह भी हुंदा सानू हुण रख लै साध संगत दूसरा शब्द कढ़दे मैं बेनती करा अज अरदास करन वाली आ महाराज पंजाब दी नौजवानी पीढ़ी नूं नशिआं ने खा लिया है मां नशिआं ने निगल लिया है
महाराज जिस तरह हुंदा पंजाब दे नौजवानां नूं बचाओ, महाराज जिस तरह हुंदा इन्हां नूं बचा लो। तुसां खबरां पढ़ियां होणगियां किस तरह एक कोटकपूरे कूड़े दे ढेर ते पिया होया 18 सालां दा गबरू, उहदे हाथ सिरिंज अते टीका फड़िया होया है जिहड़ा उहने लाया सी, पिछे उहदी किट है, कूड़े दे ढेर ते मरिया पिया है, मां उहदी किद्दां विलकदी है। अज एक नहीं हजारां घर इस तरह दे हन। गुरु जी अगे अरदास करिए महाराज साडे वस दी गल नहीं, जिदा भी हुंदा तुसी पंजाब दी नौजवान पीढ़ी नूं बचाओ पातशाह, साडी अरदास कबूल करो। हां जी सलोका दया करणं दुख हरणं। धन गुरु अर्जन देव महाराज जी दा जैत सरी की वार है, 18वीं पौड़ी दा सलोक है। धन गुरु अर्जन देव जी महाराज कहंदे ने साध संगत, ओ मेरा परमेश्वर दया करन वाला है, ओ दया करन वाला इन्ना है, दीन दयाल दया निध दोखण देखत है पर देत नहारे। जेडे ओनू गालां कढ़दे हन, जेडे ओनू माड़ा कहंदे हन, उन्हां दी प्रतिपालना करदा है। हजूर कहंदे ने ओ इन्ना दयावान है, कत को डह काबो लोगा मोहन दीन कृपाई। महाराज कहंदे ने तुसी क्यों डोलदे हो, ओ मन नूं मोह लैण वाला परमेश्वर दीना ते कृपा करन वाला। हजूर कहंदे ने अजीजुल निवाज है गनी मुल्क राज है, ओ अपने अजीजा नूं निवाजन वाला है। किते हजूर कहंदे ने गरीबुल परस्त है, ओ गरीबां नूं निवाजन वाला है। किते हजूर कहंदे ने मेहरबान साहब मेहरबान, साहब मेरा मेहरबान जी सगल को दे दान, वो सारे ते दया करने वाला है। नाम कीर्तन है महाराज कहने दया करने वाला है, वो दुखा नु दूर करने वाला है। हजूर कहने ओ दा नाम सिमरन करना चाहिए जेड़ा दया करदा जेड़ा दुखा दा दूर करदा। गुरु अर्जन साहब दा पावन बचन है, हजूर कहने ने मैं बहुत सारिया एक दिन लकड़ा कठिया कर लिया, ईदन की तो मुंह करना भोरी देतों पाहे, बहुत सारा बालन मैं कठा कर लिया, उन्हां कठिया कीतियां लकड़ां नूं मैं माड़ी जी थोड़ी जी अग लाई। हजूर कहंदे ने सड़ के सवाह हो गईयां, मन वसंदड़ो सच सौ नानक हब्बे डुखड़े बुलाए। हजूर कहंदे ने जे रतक जिन्ना नाम परमेश्वर दा हिरदे विच वस जाए, करोड़ां अणगिणत कीते हुए पाप सड़ के सवाह हो जाते ने। हजूर कहंदे ने दुनिया दे लोको ओ दया करन वाला है, ओ दुखां दा नाश करन वाला है। महाराज कहंदे ने ओ दा हर वेले कीर्तन ओ दा हर वेले सिमरन करना चाहिदा है। दयाल पुरख भगवान है जेड़ा ओ दा सिमरन करदा फिर प्राप्त की हुंदा है। हजूर कहंदे ने दयाल पुरख भगवान ने जेड़ा सिमरन करदा ओदे ते मेरा मालिक दयावान हो जांदा है कृपालू हो जांदा है। ते महाराज गुरु अर्जन साहब कहंदे ने जिहदे ते मेरा रब दयालु हो जे फिर करदा की है ओदे ते की बख्शिश करदा। अगली अद्धी पंक्ति सरवण करो जी। नानक लिपत ना माया महाराज कहंदे ने फिर ओनू माया दा मोह नहीं व्यापदा। साध संगत खिमा करनी गुरु ग्रंथ साहब दा पावन शब्द है, जे सानू रब नालों को विछोड़न वाला है तो वह केवल माया दा मोह है। ये माया केवल पैसे नहीं हन, यह माया जित हर विसर है, मोह उपजे पाओ दूजा लाया। बाबा कबीर जी कहंदे हे मेरे रब जी, जेड़े जी तेरे चरणां नहीं जुड़दे उन्हां जीवां दा कसूर नहीं, इन माया जगदीश गुसाई तुमरे चरण बिसारे, किंचित प्रीत न उपजे जन को जन कहां करे बिचारे। महाराज ये जड़ा माया दा मोह है ये तेरे प्यारे दे अंदर प्रीत पैदा नहीं हो दंदा। महाराज मोह तो छड़ाओ ता के तेरे न मलाप हो सके। हजूर कहंदे ने जीदे ते मेरा रब दयालु हो जे फिर खिमा करनी सरवण करना। जेड़ा सिमरन करदा रब ओदे ते दयालु हुंदा है, जीदे ते रब दयालु हो जे ओनू हजूर कहंदे ने फिर महाराज कहंदे ने लिपत न माया, नानक लिपत न माया, फिर ओनू माया दा मोह नहीं व्यापदा। साध संगत भगत कबीर साहब जी कपड़ा उणदे सन,
कपड़ा बुनते सन। भगत कबीर साहब जी दे कोल एक माता आ गई। वो माता आन के आखन लगी, कबीरा मेरा कपड़ा बुन दे, कपड़ा उन दे। कबीर साहब आखन लगे, माता जी कपड़ा उनिया जाएगा, कपड़ा बुनिया जाएगा, पर जेड़ा कपड़ा उनना बुनना चौथे दिन नू मिलेगा। वो माता अमीर कर दी होएगी। माता कहन लगी, कबीरा दूने पैसे लै ला ते कल दे दे। कबीर साहब कहंदे ने, माता इस तरह नहीं होना। वो कहन लगी, कबीरा चार गुणा पैसे लै ला, चार गुणा मजदूरी वध लै ला, मैनू कपड़ा बुन दे। कबीर साहब कहंदे ने, हस के कहंदे ने, माता इत्थे माया दा डंग नहीं चलदा, ये किते होर जाके तू पता कर। कबीर साहब कहंदे ने, ये माया साडे कोल भी आई सी। जदों माया साडे कोल आई ते कबीर साहब कहंदे ने, नाकों काटी कानों काटी काट कूट कह डारी। इहदा भाव पता की लिखा विद्वान सज्जना ने, बंदा पहला काम करदा नक रखण वास्ते। माया पता की कहंदी बंदे नूं, माया कहंदी, प्यारिया आ काम कर लै व्याह ते, ये काम कर लै बापू मरे ते, जे तू ये काम ना कीता तेरा नक नहीं रहना। ते नक रखण वास्ते फिर असी जमीना वेचदे आ, नक रखण वास्ते फिर असी बड़ा कुछ दात ला दिने आ, उहदा नतीजा अज साडे सामने है। कबीर साहब कहंदे ने, माया काम करवाउंदी आ भी जे तू ये काम ना कीता नक नहीं रहना। पहला ते जमीन गहना सब कुछ वेच वट के नक रख लिया, फिर लोकां कोलो गल्लां सुनदे ने भी हुण लोग साडे बारे की गल्लां करदे ने, कन ला ला के सुनदे ने। कबीर साहब कहंदे ने, असी नक भी इहदा वढ दित्ता, कन भी वढ दित्ते, पाप के जो असी करदे आ नक रखण वास्ते नहीं करदे, जो असी करदे आ फिर कन ला ला के नहीं सुनदे भी लोग हुण साडे बारे की आंदे ने। कबीर साहब कहंदे ने, मन मानै लोग ना पतीजै, ना पतीजै तो कह कीजै। बाबा कबीर जी कहंदे ने, साडा मन रब नाल लीन हो गया पर लोकां दा मन नहीं मन्निया। लोक आंदे ने, कबीर मंदिर च नहीं जांदा, कबीर दान पुन नहीं करदा, कबीर तीर्थां ते नहीं जांदा। कबीर साहब कहंदे ने, लोक मन्नन ना मन्नन सानू कोई फर्क नहीं पैंदा, जदों उह पतीज गया लोकां दे पतीजन दी कीड़ी गल है। सात संगत, बाबा कबीर जी कहंदे ने, असीं इहदा नक भी वढ दित्ता, कन भी इहदे वढ दित्ते। नाकों काटी कानों काटी काट कूट कह डारी। मैं बेनती करांगा पंथ दी इस पावन स्टेज तों गुरु रामदास जी दे करों, साध संगत नक रखण वास्ते कोई काम नहीं करना चाहिदा जे बचना ते, जे बचना ना आने वाले समय विच कोई नक रखण वास्ते काम ना करिए। कहो कबीर संतन की बैरन तीन लोक की प्यारी। कबीर साहब कहंदे ने, ये संत इहनू अपनी वैरन समझदे ने, जगत इहदे नाल बड़ा प्यार करदा, पर जे गुरु दा सिमरन करिए परमेश्वर दा, ओ इन्ना दयाल हुंदा, ओ माया दा मोह बंदे नू नहीं व्यापदा। हांजी, पाहे बलंदड़ी बुझ गई रखंदड़ो हरा। धन गुरु अर्जन देव जी महाराज कहंदे, जेड़े ओहदा नाम सिमरन करदे ने उन्हां दे अंदरों पाहे बलंदड़ी बुझ गई, उन्हां दे अंदरों तृष्णा दी अग बुझ जांदी है। ये मेरे कोल आ जे, ये मेरे कोल आ जे, वो फिर जिन्हां दी तृष्णा बुझ जाए, वो फिर जिथे रखे बेकुंठ तथाई, उन्हां नूं उथे स्वर्ग बाज बन जांदा। हजूर कहंदे, ओहदी कृपा नाल साडे अंदरों तृष्णा बुझ गई है। रखंदड़ो प्रभ आप, महाराज परमेश्वर ओहनूं रख लैंदे ने इस तृष्णा दी अग तों। जिन उपाई मेदनी नानक सो प्रभ जाप। हजूर कहंदे ने, हे मेरे मालक, ए दुनिया दे लोको, जिन्ने 84 लाख जून पैदा कीती है ओहदा सिमरन करो, एवें ना मड़ियां दी पूजा करो, एवें ना कबरां दी पूजा करो। साध संगत मैनू माफ करना, गलत आ कौड़ी, पर दास गुरु रामदास दा कूकर है, जे ओ गल नहीं कहिंदा ते ओ कुत्ता मार दा हकदार है। किसे पिंड विच पंजाब दी धरती ते चले जाओ, जाके पुछो तुहाडे पिंड कबरां किन्नियां, कहिंदे ने जी 4, कोई आंदा जी 5। मैं एक पिंड विच गया,
मैं आखिया भी तुहाडे पिंड मुसलमाना दे कबरां किन्नियां, कहिंदे जी पंज। मैं आखिया मुसलमाना दे घर किन्ने, कहिंदा जी घर ते मुसलमाना दा कोई नहीं। मैं आखिया पंज कबरां मुसलमाना दा घर कोई नहीं, फिर हरियां चादरां चढ़ाउण वाले कौन ने, हरियां कलियां फेरन वाले कौन ने। वह तो चुप हो गए। एक निहंग सिंह बोलिया, वह निहंग सिंह कहिंदा ज्ञानी जी इन्हां तुहानू नहीं दसना, मैं दसना भी हरियां चादरां कौन चढ़ाउंदे ने, हरियां कलियां कौन फेरदे ने। मैं आखिया बाबा जी दसो। निहंग सिंह कहन लगा ज्ञानी जी इत्थे हरियां कलियां चादरां वह चढ़ाउंदे ने जिन्हां नूं गुरु गोबिंद सिंह महाराज ने चार पुत्र ते अपने सिंह वार के आनंदपुर नदेड़ साहब की धरती ते सरबंस वार के कहा सी सब सिखण को हुक्म है गुरु मान्यो ग्रंथ। ओही इत्थे चादरां चढ़ाउंदे जे सारे नहीं, पर याद रखो अज ये साड़ी चिंता की गल है। बड़ी एक हैरानी ते लज्जा भी आई, पंजाब च एक शहर है वो मुसलमान उत्थे बहुत ने, मैं नाम नहीं लैना। मैनू किसे सज्जन ने गल दसी, मैं उत्थे गया भी प्रशासन ने सड़क वड्डी करनी सी, सड़क खुली करनी सी, और उन्हें मुसलमाना दा डीसी साहब ने एसडीएम ने एडीसी ने मीटिंग बुलाई मुसलमाना दी, और डिप्टी कमिश्नर आखन लगा मुसलमान भराओ आ सड़क करनी है वड्डी, इहदे विच एक मुसलमान की कबर ते जे तुहाडी आग्या होवे ते इह कबर ढा दित्ती जावे, तुहानू इतराज ते कोई नहीं। साध संगत एक मुसलमान धार्मिक व्यक्ति उठिया, साध संगत ये नहीं भी सारे सिख इहो जे ने, सिख अनेकां सिख इहो जे ने जिहड़े सिर जावे ते जावे मेरा सिखी सिदक न जावे, कुछ विरले ने, बड़े घट ने वह सिख जिन्हां दी मैं गल कर लगा। पर साध संगत वो एक धार्मिक मुसलमान उठिया, वो कहिंदा डीसी साहब सानू कोई इतराज नहीं, कबर ढाओ ना ढाओ, हुण ढा दो कल ढा दो, सानू कोई इतराज नहीं। डीसी साहब सिखां नू पुछ लो, इहो चढ़ा चादरां चढ़ाउंदे ने, इही दीवे जगाउंदे ने, इही हरी कलीए फेरदे ने, सानू ते कोई इतराज नहीं, इन्हां नू पुछ लो। साध संगत यह लज्जा वाली गल नहीं, यह फिर नमोशी वाली गल नहीं साडे वास्ते। गुरु कृपा करे महाराज, धन गुरु अर्जन देव जी महाराज कहिंदे ने उहदा सिमरन करो जिन्हें सारी सृष्टि पैदा कीती है। नानक सो प्रभ जाप, हजूर कहिंदे ने हे नानक उहदा सिमरन करिया कर, पौड़ी जा प्रभ भए दयाल। जदों किसी दे रब दयालु हो जाए, माफ करना चंगा घर बन गया, चंगी संतान हो गई, यह भी वाहेगुरु की कृपा है। पर गुरु अर्जन साहब जी कहंदे ने जिहदे ते रब पूरा दयालु हो जाए, जिहदे ते रब पूरा कृपालू हो जाए, उहदी निशानी की है, की लक्षण है, वह लक्षण फिर दस्या गुरु अर्जन देव महाराज ने अगली पंक्ति विच। ना व्यापै माया, जिहदे ते रब कृपालू हो जाए उहनू माया का मोह नहीं व्यापदा। साध संगत धन गुरु गोबिंद सिंह जी महाराज सच्चे पातशाह अजे चार साल दे सन, सोने दे दो कड़े पाए हुए। इतिहास कहिंदा भी एक कड़ा गुरु गोबिंद सिंह महाराज खेडदे खेडदे बच्चियां नाल गंगा विच सुट आए। जदों घर आए माता जी आखन लगे पुत्र कड़ा कित्थे आ सोने दा, माता जी आओ दसा, यह साखी तुहानू याद है। माता गंगा माता गुजरी जी नू गंगा दे किनारे ते खड़ के गुरु गोबिंद सिंह महाराज आस्ते दे नाल दूसरा कड़ा उतार के सुट के आखन लगे माता जी इथे सुटिया सी पहला कड़ा। साध संगत उस वेले कुदरत हस रही सी, उस वेले कुदरत कह रही सी माता अज ते तेरे इस लाल ने दो कड़े नशावर कीते ने, ये दो कड़िया की गल नहीं, कोई समा आएगा दो दो अपने पुत्र भी इसे तरह कुर्बान कर दे, दो दो पुत्र भी इस तरह नशावर कर देगा, माया का मोह उन्होंने नहीं व्यापदा। मैं समाप्ति करा। साध संगत बाबा केर सिंह, भाई बेअंत सिंह, भाई सतवंत सिंह साडे नेड़े पिंड वै, ते बापू तरलोक सिंह जी भाई सतवंत सिंह शहीद दे पिता जी उन्होंने सानू दस्या, कहिंदे बेटा साडी भाई सतवंत सिंह नाल आखिरी मुलाकात सी, आखिरी मुलाकात। कहिंदे जदों आखिरी मुलाकात होई ते बापू जी कहिंदे मैं आख्या सतवंत सिंह पुत्र मैं तेरा बाप हां, तू हुण दस तेरी अंतम इच्छा की है जिहड़ी मैं पूरी कर सकां।
ਕਹਿੰਦੇ ਨੇ ਭਾਈ ਸਤਵੰਤ ਸਿੰਘ ਆਖਣ ਲੱਗਾ ਬਾਪੂ ਕੋਈ ਅੰਤਮ ਇੱਛਾ ਨਹੀਂ, ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇੱਕ ਅੰਤਮ ਇੱਛਾ ਹੈ ਬਾਪੂ ਜੇ ਤੂੰ ਮੰਨੇ ਤੇ ਫੇਰ। ਹਾਂ ਪੁੱਤਰ ਕੇਰੀ। ਬਾਪੂ ਇੱਕ ਅੰਤਮ ਇੱਛਾ ਵੀ ਜਦੋਂ ਤੂੰ ਬਾਹਰ ਨੂੰ ਜਾਵੇਂ ਮੈਨੂੰ ਮਿਲ ਕੇ ਉਦੋਂ ਜਕਾਰੇ ਛੱਡਦਾ ਜਾਵੇਂ। ਬਾਪੂ ਤਰਲੋਕ ਸਿੰਘ ਜੀ ਕਹਿੰਦੇ ਮੈਂ ਕਿਹਾ ਪੁੱਤਰ 6 ਫੁੱਟ 3 ਇੰਚ ਸਵਾ 6 ਫੁੱਟ ਗੱਭਰੂ ਪੁੱਤ ਫਾਂਸੀ ਦੇ ਤਖ਼ਤੇ ਵੱਲ ਉਤਰਿਆ ਜਾਂਦਾ ਹੋਵੇ, 6.25 ਫੁੱਟ ਗੱਭਰੂ ਸੋਹਣਾ ਪੁੱਤਰ ਮੌਤ ਵੱਲ ਨੂੰ ਤੁਰਿਆ ਜਾਂਦਾ ਹੋਵੇ, ਪੁੱਤਰ ਪਿਓ ਜਕਾਰੇ ਬੁਲਾਵੇ, ਮੈਂ ਤੈਨੂੰ ਸੱਚ ਕਹਿਣਾ ਪੁੱਤਰ ਪਤਾ ਨੀ ਮੈਂ ਤੇਰੇ ਭਰਾਵਾਂ ਦੇ ਮੋਢਿਆਂ ਦੇ ਹੱਥ ਖੜ ਧਰ ਕੇ ਜਾਣਾ ਕਿ ਕਿੱਦਾਂ ਜਾਣਾ, ਪੁੱਤਰ ਮੇਰੇ ਵੱਸ ਦੀ ਗੱਲ ਨੀ। ਇਹ ਬਾਪੂ ਜੀ ਨੇ ਦੱਸਿਆ ਸਾਧ ਸੰਗਤ। ਫਿਰ ਬਾਪੂ ਜੀ ਕਹਿੰਦੇ ਭਾਈ ਸਤਵੰਤ ਸਿੰਘ ਇਹਨਾਂ ਗੁਰੂ ਨਾਲ ਇੱਕ ਹੋ ਚੁੱਕਾ ਸੀ। ਭਾਈ ਸਤਵੰਤ ਸਿੰਘ ਕਹਿਣ ਲੱਗਾ ਬਾਪੂ, ਬਾਪੂ ਜੀ ਮੋਢੇ ਤੇ ਪਰਨਾ ਰੱਖਦੇ ਸਨ। ਸਤਵੰਤ ਸਿੰਘ ਸ਼ਹੀਦ ਕਹਿਣ ਲੱਗਾ ਬਾਪੂ ਆ ਜਿਹੜਾ ਪਰਨਾ ਤੂੰ ਮੋਢੇ ਤੇ ਰੱਖਿਆ ਨਾ ਇਹਨੂੰ ਗਲ ਵਿਚ ਪਾ, ਆਪਣਾ ਧਿਆਨ ਖੜ ਚਮਕੌਰ ਸਾਹਿਬ ਦੀ ਗੜੀ ਚ ਤੇ ਇੱਕ ਵਾਰੀ ਆਪਣੀ ਜਬਾਨੋਂ ਕਹਿ ਹੇ ਬਾਪੂ ਕਲਗੀ ਵਾਲਿਆ, ਜਿਹੜਾ ਜਿਗਰਾ ਰੱਖ ਕੇ ਤੂੰ ਅਜੀਤ ਸਿੰਘ ਨੂੰ ਤੋੜਿਆ ਸੀ, ਜਿਹੜਾ ਜਿਗਰਾ ਰੱਖ ਕੇ ਤੂੰ ਜੁਝਾਰ ਸਿੰਘ ਨੂੰ ਤੋੜਿਆ ਸੀ ਪਾਤਸ਼ਾਹ, ਉਹ ਜਿਗਰਾ ਅੱਜ ਮੈਨੂੰ ਵੀ ਬਖਸ਼। ਬਾਪੂ ਤਰਲੋਕ ਸਿੰਘ ਜੀ ਕਹਿੰਦੇ ਇੰਨੀ ਗੱਲ ਅਰਦਾਸ ਕਰਨ ਦੀ ਦੇਰ ਹੋਈ ਜਕਾਰੇ ਆਪਣੇ ਆਪ ਹੀ ਬੇਮੁਹਾਰੇ ਛੁੱਟਣ ਲੱਗ ਪਏ, ਬੇਮੁਹਾਰੇ ਛੁੱਟਣ ਲੱਗ ਪਏ। ਸਾਧ ਸੰਗਤ ਫਿਰ ਦਰਵਾਜੇ ਵੱਲ ਨੂੰ ਆਏ, ਪੱਤਰਕਾਰ ਆਖਣ ਲੱਗੇ ਬਾਪੂ ਜੀ ਸਤਵੰਤ ਸਿੰਘ ਦੀ ਫਾਂਸੀ ਮਾਫ਼ ਹੋ ਗਈ? ਕਹਿੰਦਾ ਨਹੀਂ ਮਾਫ਼ ਨਹੀਂ, ਉਹ ਤੇ ਤਖ਼ਤੇ ਵੱਲ ਨੂੰ ਤੁਰਿਆ ਜਾ ਰਿਹਾ। ਸਾਧ ਸੰਗਤ ਹਜ਼ੂਰ ਕਹਿੰਦੇ ਨੇ ਉਹਨੂੰ ਮਾਇਆ ਦਾ ਮੋਹ ਨਹੀਂ ਵਿਆਪਦਾ। ਕੋਟ ਅੱਗਾ ਗਏ ਨਾਸ ਹਰ ਇੱਕ ਤੇ ਆਇਆ, ਜਿਹੜੇ ਇੱਕ ਰੱਬ ਨੂੰ ਧਿਆਉਂਦੇ ਨੇ ਉਹਨਾਂ ਦੇ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ, ਜਿਹੜੇ ਪ੍ਰਭੂ ਦੇ ਸੇਵਕਾਂ ਦੀ ਚਰਨ ਧੂੜ ਜੀ ਇਸ਼ਨਾਨ ਕਰਦੇ ਨੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਦਾ ਤਨ ਮਨ ਪਵਿੱਤਰ ਹੋ ਜਾਂਦਾ ਹੈ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਉਹਨਾਂ ਨੂੰ ਪੂਰੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦਾ ਮਨ ਅਤੇ ਸੰਤੋਖ ਐਨ ਸਾਰਾ ਮਨ ਤਨ ਸੰਤੋਖ ਨਾਲ ਭਰ ਜਾਂਦਾ। ਯਾਦ ਰੱਖੋ ਸਾਧ ਸੰਗਤ, ਗੁਰੂ ਅਰਜਨ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸੰਤੋਖ ਸਰ ਸਾਹਿਬ ਸਰੋਵਰ ਬਣਾਇਆ, ਉਹਦੀ ਫਿਰ ਕਾਰ ਜਿਹੜੀ ਸੀ ਹਰਿਮੰਦਰ ਸਾਹਿਬ ਦੀ ਨੀਂਹਾਂ ਚ ਪਾਈ। ਸੰਤੋਖ ਜਿਹੜਾ ਕਈ ਵਾਰੀ ਅਸੀਂ ਮੱਥਾ ਟੇਕਦੇ ਹਾਂ ਨਾ, ਸਾਡੇ ਉਸਤਾਦ ਜੀ ਕਹਿੰਦੇ ਬੇਟਾ ਇਸ ਤਰ੍ਹਾਂ ਮੱਥਾ ਨਹੀਂ ਟੇਕਣਾ ਚਾਹੀਦਾ ਹੱਥ ਅੱਡ ਕੇ, ਅਸੀਂ ਕਹਿ ਜੀ ਕਿੱਦਾਂ ਟੇਕਣਾ ਚਾਹੀਦਾ? ਕਹਿੰਦੇ ਬੇਟਾ ਇਹ ਗੱਲ ਤ੍ਰਿਸ਼ਨਾ ਦੀ ਪ੍ਰਤੀਕ ਹੈ, ਹੱਥ ਇਸ ਤਰ੍ਹਾਂ ਕਰਕੇ ਧਰਤੀ ਨਾਲ ਲਾ ਕੇ ਮੱਥਾ ਟੇਕਣਾ ਚਾਹੀਦਾ, ਇਹ ਗੱਲ ਸੰਤੋਖ ਦੀ ਪ੍ਰਤੀਕ ਹੈ, ਮਹਾਰਾਜ ਸਾਨੂੰ ਸੰਤੋਖ ਬਖਸ਼। ਹਜ਼ੂਰ ਕਹਿੰਦੇ ਨੇ ਉਹਨਾਂ ਦਾ ਮਨ ਤਨ ਸੰਤੋਖ ਨਾਲ ਭਰ ਜਾਂਦਾ ਹੈ। ਤਰੇ ਕੁਟੰਬ ਸੰਗ ਲੋਕ ਕੁਲ ਸਬਾਇਆ, ਜਿਹੜਾ ਬੰਦਾ ਸਿਮਰਨ ਕਰਦਾ ਉਹ ਆਪ ਤੇ ਤਰਦਾ ਤਰਦਾ ਉਹਦਾ ਕੁਟੰਬ ਸਾਰਾ ਤਰ ਜਾਂਦਾ, ਪਰਿਵਾਰ ਤਰ ਜਾਂਦਾ। ਹਜ਼ੂਰ ਕਹਿੰਦੇ ਨੇ ਸੰਤ ਜਨਾਂ ਕੇ ਹਰ ਜੀ ਉਕਾਰਦ ਸਵਾਰੇ, ਪ੍ਰਹਲਾਦ ਜਨ ਕੇ ਇੱਕੀ ਕੁਲ ਸੁਧਾਰੇ। ਗੁਰਦੇਵ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਪ੍ਰਹਲਾਦ ਭਗਤ ਦੀਆਂ 21 ਕੁਲਾਂ ਤਾਰ ਦਿੱਤੀਆਂ ਉਸ ਪਰਮੇਸ਼ਰ ਨੇ। ਇਹ ਕਿਹਦਾ ਪ੍ਰਤਾਪ ਹੈ? ਬੰਦਗੀ ਦਾ ਪ੍ਰਤਾਪ ਹੈ, ਨਾਮ ਦਾ ਪ੍ਰਤਾਪ ਹੈ। ਸਭ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਮੇਰੇ ਪਾਤਸ਼ਾਹ, ਹੇ ਨਾਨਕ ਦੇ ਪਾਤਸ਼ਾਹ, ਤੂੰ ਸਦਾ ਰਹਿਣ ਵਾਲਾ ਏ। ਹਾਂਜੀ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਤਿਕਾਰ ਜੋ ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਪ੍ਰਧਾਨ ਸਾਹਿਬ ਦਾ, ਗੁਰੂ ਕੀ ਸੰਗਤਾਂ ਦਾ, ਸਾਰਿਆਂ ਦਾ ਧੰਨਵਾਦ। ਫਤਿਹ ਬੁਲਾ ਜੀ ਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ